ਸੋ ਚਰਨੀ ਜੀ, ਸਾਨੂੰ ਕੁਛ ਘੋੜਿਆਂ ਦੀ ਸਾਂਭ ਸੰਭਾਲ ਬਾਰੇ ਦਰਸ਼ਕਾਂ ਨੂੰ ਸਾਡੇ ਜਾਣਕਾਰੀ ਦਿਓ। ਕੀ ਖੁਰਾਕ ਦੇਣੀ ਚਾਹੀਦੀ ਹੈ, ਕੀ ਕੀ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ? ਗਰਮੀਆਂ ਦੀ ਖੁਰਾਕ ਦੱਸੀਏ, ਮੰਨ ਕੇ ਚੱਲੀਏ ਵੀਰੇ, ਗਰਮੀਆਂ ਦੇ ਦਿਨ ਖੁਸ਼ਕ ਹੁੰਦੇ ਨੇ ਜੀ। ਇਹਨਾਂ ਦਿਨਾਂ ਦੇ ਵਿੱਚ ਪਸ਼ੂ ਦੇ ਅੰਦਰ ਪਾਣੀ ਦੀ ਘਾਟ ਬਹੁਤ ਜ਼ਿਆਦਾ ਵੱਡੀ ਪ੍ਰੋਬਲਮ ਹੈ। ਠੀਕ ਹੈ ਜੀ। ਇਹਨਾਂ ਨੂੰ ਜਿੱਦਾਂ ਕਿ ਮੰਨ ਕੇ ਚੱਲੀਏ ਲੀਵਰ ਟੌਨਿਕ ਦੇਣੀਆਂ ਚਾਹੀਦੀਆਂ ਨੇ, ਠੀਕ ਹੈ ਜੀ। ਅਤੇ ਖੁਰਾਕ ਹੋ ਗਈ, ਜੌਂ ਹੋ ਗਏ, ਜਮੀ ਹੋ ਗਈ, ਛੋਲੇ ਹੋ ਗਏ ਜੀ, ਇਹ ਆਮ ਖੁਰਾਕ ਤਾਂ ਦੇਣੀ ਓ ਦੇਣੀ ਬਣਦੀ ਆ। ਠੀਕ ਹੈ ਜੀ। ਗਰਮੀਆਂ ਦੇ ਵਿੱਚ ਜੇ ਘੋੜੀ ਆਪਣੇ ਘਰੇ ਗੱਭਣਾ ਤਾਂ ਉਹਨੂੰ ਕੈਲਸ਼ੀਅਮ ਦਿਓ ਜ਼ਰੂਰ ਜੀ, 100 ਗ੍ਰਾਮ ਕੈਲਸ਼ੀਅਮ ਚਾਹੀਦਾ, ਅਤੇ ਤੇਲ ਜ਼ਰੂਰ ਦੇਣਾ ਚਾਹੀਦਾ ਗਰਮੀਆਂ ਦੇ ਦਿਨ, ਤਾਂ ਕਿ ਘੋੜੇ ਨੂੰ ਚਿਕਨਾਹਟ ਰਹੇ, ਚਿਕਨਾਹਟ ਕਿਸਮ ਦੀ ਬੰਨ ਦੀ ਜਾਂ ਕੋਲਿੰਗ ਦੀ ਪ੍ਰੋਬਲਮ, ਅੰਦਰ ਨਰਮਾਈ ਰਹੂਗੀ ਅਤੇ ਅੰਦਰ ਕਦੇ ਬੰਨ ਦੀ ਪ੍ਰੋਬਲਮ ਨਹੀਂ, ਕੋਈ ਦਰਦ ਨਹੀਂ ਹੋਊਗਾ। ਔਰ ਸਰਦੀਆਂ ਦੇ ਵਿੱਚ? ਸਰਦੀਆਂ ਦੇ ਵਿੱਚ ਆਪਣੇ ਘਰੇ ਘੋੜੇ ਨੂੰ ਦੇਸੀ ਘੀ ਜ਼ਰੂਰ ਦੇਣਾ ਚਾਹੀਦਾ। ਠੀਕ ਹੈ ਜੀ। ਠੀਕ ਹੈ ਜੀ। ਸਰ੍ਹੋਂ ਦਾ ਤੇਲ ਗਰਮੀ, ਚਲੋ ਸਰਦੀ ਦੇ ਵਿੱਚ ਨਹੀਂ ਦੇਣਾ ਤਾਂ ਆਪਾਂ ਦੇਸੀ ਘੀ ਜ਼ਰੂਰ ਦੇਣਾ ਜੀ, ਯਾਨੀ ਕਿ ਦੇਸੀ ਘੀ ਜਾਂ ਡਾਲਡਾ ਘੀ, ਉਹਦਾ ਬਦਲ ਆਪਾਂ ਦੇਣਾ ਜ਼ਰੂਰੀ ਹੈ। ਜੋ ਦਾਣਾ ਦੇਣਾ ਉਹਨੂੰ ਉਬਾਲ ਕੇ ਦਈਏ, ਉਬਾਲ ਕੇ ਦੇਣਾ ਚਾਹੀਦਾ ਤਾਂ ਕਿ ਉਹ ਹਾਜ਼ਮ ਜਲਦੀ ਆਊਗਾ ਅਤੇ ਸਰੀਰ ਨੂੰ ਜੋ ਵੀ ਪੋਸ਼ਕ ਤੱਤ ਨੇ ਉਹ ਮਿਲਣੇ ਚਾਹੀਦੇ, ਜਲਦੀ ਲੱਗਣਗੇ ਅਤੇ ਘੋੜੇ ਨੂੰ ਕਿਸੇ ਕਿਸਮ ਦੀ ਪ੍ਰੋਬਲਮ ਨਹੀਂ ਆਊਗੀ। ਇੱਕ ਨੰਬਰ ਦੋ ਜੀ, ਜਿੱਦਾਂ ਹੁਣ ਆਪਾਂ ਮੰਨ ਕੇ ਚੱਲੀਏ ਆਪਾਂ ਅੱਜ ਘੋੜੀ ਲਿਆਏ ਅਤੇ ਆਪਾਂ ਉਹਨੂੰ ਇੱਕਦਮ ਦੇਣਾ ਦਾਣਾ ਦੇਣ ਲੱਗ ਜਾਂਦੇ ਹਾਂ ਜੀ, ਬਹੁਤ ਗਲਤ ਹੈ ਜੀ ਜੀ। ਇੱਕਦਮ ਖੁਰਾਕ ਨਹੀਂ ਦੇਣੀ ਚਾਹੀਦੀ। ਜੇ ਆਪਾਂ 4 ਕਿਲੋ ਦਾਣਾ ਦਿੰਦੇ ਹਾਂ ਤਾਂ ਉਹਨੂੰ 4 ਕਿਲੋ ਇਕੱਠਾ ਦਾਣਾ ਨਾ ਦਿਓ, ਤਾਂ ਉਹਨੂੰ ਵੰਡ ਕੇ 3 ਟਾਈਮ 'ਚ ਕਰ ਦਿਓ, 3 ਟਾਈਮ ਦੇ ਦਿਓ ਤਾਂ ਕਿ ਘੋੜੇ ਨੂੰ ਡਾਈਜੈਸਟ ਕਰਨ 'ਚ ਪ੍ਰੋਬਲਮ। ਹਾਂਜੀ ਬਿਲਕੁਲ ਜੀ ਬਿਲਕੁਲ, ਕਿਉਂਕਿ ਅਕਸਰ ਆਪਾਂ ਦੇਖਿਆ ਵੀ ਨਵੇਂ ਨਵੇਂ ਚੌ ਦੇ ਵਿੱਚ ਕਈ ਲੋਕ ਜ਼ਿਆਦਾ ਓਵਰ ਐਕਸੈਸ 'ਚ ਡਾਈਟ ਦੇ ਦਿੰਦੇ ਨੇ, ਜਿਹਦੇ ਕਰਕੇ ਘੋੜੇ ਨੂੰ ਕਈ ਕਿਸਮ ਦੀਆਂ ਲੀਵਰ ਦੀਆਂ ਬਿਮਾਰੀਆਂ ਆ ਜਾਂਦੀਆਂ। ਬੰਨ ਪੈਣ ਦਾ ਕਾਰਨ ਕੁਛ ਮਲੱਪਾਂ ਵੀ ਹੁੰਦੀਆਂ ਨੇ ਜੀ ਪੇਟ ਦੀਆਂ ਜੀ, ਜਦੋਂ ਮਲੱਪਾਂ ਦੀ ਆਪਾਂ ਇੱਕਦਮ ਦਵਾਈ ਦੇ ਦਿੰਦੇ ਹਾਂ ਜੀ, ਉਹ ਵੀ ਬੰਨ ਬਹੁਤ ਜਲਦੀ ਪਾਉਂਦੀਆਂ ਨੇ ਜੀ, ਇਸ ਕਰਕੇ 1 ਹਫ਼ਤਾ ਪਹਿਲਾਂ ਉਹਨੂੰ ਤੇਲ ਦੇਣਾ ਸ਼ੁਰੂ ਕਰ ਦਿਓ ਜੀ, 100-100 ਗ੍ਰਾਮ ਰਾਤ ਨੂੰ ਜੀ। ਫਿਰ ਉਸ ਤੋਂ 1 ਹਫ਼ਤਾ ਬਾਅਦ ਫਿਰ ਮਲੱਪਾਂ ਦੀ ਦਵਾਈ ਦਿਓ। ਯਾਨੀ ਕਿ ਘੋੜਿਆਂ ਨੂੰ ਡੀਵੋਰਮਿੰਗ ਕਰਨ ਤੋਂ ਪਹਿਲਾਂ 1 ਹਫ਼ਤਾ ਪਹਿਲਾਂ ਸਰ੍ਹੋਂ ਦਾ ਤੇਲ ਦੇਣਾ ਚਾਹੀਦਾ। ਹਾਂਜੀ ਹਾਂਜੀ। ਔਰ ਉਸ ਤੋਂ ਬਾਅਦ ਉਹਦੀ ਪ੍ਰੋਪਰ ਡੀਵੋਰਮਿੰਗ। ਹਾਂਜੀ ਬਿਲਕੁਲ ਜੀ। ਆਪਾਂ ਘੋੜੇ ਦੀ ਡਾਈਟ ਨੂੰ ਮੇਨਟੇਨ ਕਰਕੇ ਰੱਖ ਸਕਦੇ। ਹਾਂਜੀ ਬਿਲਕੁਲ ਜੀ। ਸੋ ਅੰਤ ਦੇ ਵਿੱਚ ਚਰਨੀ ਜੀ, ਮੈਂ ਆਪ ਜੀ ਤੋਂ ਇਹ ਜਾਣਨਾ ਚਾਹਾਂਗਾ ਕਿ ਤੁਸੀਂ ਸਾਡੇ ਜੋ ਨਵੇਂ ਘੋੜਾ ਪਾਲਕ ਵੀਰ ਸਾਡੇ ਨਾਲ ਜੁੜ ਰਹੇ ਨੇ, ਉਹਨਾਂ ਨੂੰ ਤੁਸੀਂ ਆਪਣੇ ਵੱਲੋਂ ਆਪਣੇ ਤਜਰਬੇ ਦੇ ਮੁਤਾਬਕ ਕੀ ਸੰਦੇਸ਼ ਦੇਣਾ ਚਾਹੋਗੇ? ਦੇਖੋ ਜੀ, ਬਹੁਤ ਵਧੀਆ ਘੋੜਿਆਂ ਦਾ ਕੰਮ ਆ ਜੋ ਸਟਾਰਟ ਕਰੇ ਨਵਾਂ ਬੰਦਾ, ਆਪਾਂ ਨੂੰ ਬਹੁਤ ਖੁਸ਼ੀ ਹੁੰਦੀ ਆ। ਆਪਣੇ ਕੋਲ ਕਾਫੀ ਮੁੰਡੇ ਇੱਦਾਂ ਦੇ ਨਵੇਂ ਆਉਂਦੇ ਨੇ ਜੋ ਆਪਾਂ ਨੂੰ ਪੁੱਛਦੇ ਹਾਂ ਵੀਰ ਜੀ, ਬਈ ਆਪਾਂ ਕੰਮ ਸਟਾਰਟ ਕਰਨਾ, ਨਵੀਂ ਘੋੜੀ ਲੈਣੀ ਆ, ਘੋੜਾ ਲਈਏ ਕੀ ਕਰੀਏ। ਬੱਚਾ ਲੈਣ ਦੇ ਵਿੱਚ ਕਈ ਵਾਰ ਚਾਹਵਾਨ ਆਉਂਦੇ ਨੇ, ਆਪਾਂ ਉਹਨਾਂ ਨੂੰ ਦੱਸਦੇ ਹਾਂ ਵੀ ਜੋ ਵੀ ਨਵਾਂ ਇਸ ਕੰਮ ਦੇ ਵਿੱਚ ਬੱਚਾ ਆ ਰਿਹਾ ਉਹਨੂੰ ਸਭ ਤੋਂ ਪਹਿਲਾਂ ਜੀ ਘੋੜੀ ਲੈਣੀ ਚਾਹੀਦੀ ਹੈ ਇੱਕ ਬੱਚੇ ਲੈਣ ਵਾਸਤੇ ਜੀ। ਜੇ ਉਹ ਮੰਨ ਲਓ ਜੇ ਅੱਜ ਬੱਚਾ ਜਾਂ ਇੱਕ ਬੱਚੀ ਖਰੀਦਦਾ, ਉਹਨੂੰ ਘੱਟ ਤੋਂ ਘੱਟ 2.5 ਸਾਲ ਲੱਗ ਜਾਂਦੇ ਨੇ ਪੜ੍ਹਨ ਲਈ। ਉਹਦਾ ਸ਼ੌਂਕ ਤਾਂ ਅੱਜ ਹੈ ਜੀ, 2.5 ਸਾਲ ਕਦੋਂ ਆਏ ਉਹਨੂੰ? ਬਿਲਕੁਲ। ਉਹ ਅੱਕ ਕੇ ਕੰਮ ਛੱਡ ਦਿੰਦਾ, ਨਹੀਂ ਕੰਮ ਚੱਲਦਾ ਉਹਦਾ। ਯਾਨੀ ਕਿ ਨਵੇਂ ਬੰਦੇ ਦੇ ਲਈ ਲੰਬਾ ਟਾਈਮ ਸਬਰ ਕਰਨਾ ਥੋੜ੍ਹਾ ਜਿਹਾ ਮੁਸ਼ਕਲ ਹੈ, ਇਸ ਲਈ ਉਸਨੂੰ ਜੋ ਸਟਾਰਟਿੰਗ ਆ ਉਹ ਬੜੇ ਪਸ਼ੂ ਤੋਂ ਕਰਨੀ ਚਾਹੀਦੀ। ਬਿਲਕੁਲ ਜੀ ਬਿਲਕੁਲ। ਜੇ ਆਪਣੀ ਜੇਬ, ਮਤਲਬ ਜੇਬ ਦੇਖ ਕੇ ਆਪਾਂ ਚੱਲਣਾ ਜੀ, ਆਪਣੀ ਜੇਬ ਇਜਾਜ਼ਤ ਦਿੰਦੀ ਹੈ ਤਾਂ ਵੱਡੀ ਘੋੜੀ ਲਓ ਜੀ, ਜਿਹਦਾ ਕੱਲ੍ਹ ਨੂੰ ਆਪਾਂ ਬੱਚਾ ਵੇਚ ਸਕੀਏ ਜੀ। ਘੋੜੀ ਵੇਚਣੀ ਹੈ ਤਾਂ ਘੋੜੀ ਹੱਸ ਕੇ ਆਪਣੀ ਵਿਕੇ ਜੀ। ਜੇ ਨਹੀਂ ਇਜਾਜ਼ਤ ਦਿੰਦੀ ਤਾਂ ਨੋਰਮਲ ਘੋੜੀ ਲੈ ਲਓ ਜੀ,
ਉਸ ਤੋਂ ਬੱਚੇ ਲਓ ਜੀ। ਇੱਕ ਤਾਂ ਦੇਖੋ ਜੀ ਆਪਣੀ ਜਿਹੜਾ ਚੜ੍ਹਨ ਦਾ ਸ਼ੌਂਕ ਹੁੰਦਾ ਨਵੇਂ ਨਵੇਂ ਮੁੰਡਿਆਂ ਨੂੰ ਪੂਰਾ ਹੁੰਦਾ ਪੂਰਾ ਹੁੰਦਾ। ਨੰਬਰ 2 ਜੀ, ਘੋੜੀ ਗੱਭ ਰਹੂਗੀ, ਬੱਚੇ ਦੂ 1 ਸਾਲ ਦੇ ਵਿੱਚ ਘੋੜੀ ਮਤਲਬ ਬੱਚਾ ਦੇ ਜਾਂਦੀ ਆ 11 ਮਹੀਨੇ ਤੋਂ ਬਾਅਦ, ਉਹ ਆਪਣੀ ਮੂਲ ਸ਼ੌਂਕ ਦੇ ਨਾਲ ਮਤਲਬ ਹਾਂਜੀ ਉਹਦਾ ਵਪਾਰਕ ਲੈਵਲ 'ਤੇ ਵੀ ਸੋਚਣ ਲੱਗ ਜਾਂਦਾ। ਜਾਣੀ ਕਿ ਦਰਸ਼ਕਾਂ ਨੂੰ ਸਾਡੇ ਵੀਰ ਚਰਨੀ ਜੀ ਵੱਲੋਂ ਇਹ ਅਪੀਲ ਹੈ, ਇੱਕ ਸੰਦੇਸ਼ ਹੈ ਕਿ ਜੋ ਵੀ ਨਵਾਂ ਘੋੜਾ ਪਾਲਕ ਵੀਰ ਜਾਨਵਰ ਰੱਖਣਾ ਚਾਹੁੰਦਾ ਹੈ, ਚਾਹਵਾਨ ਹੈ, ਉਹ ਬਜਾਏ ਛੋਟੇ ਬੱਚੇ ਦੇ ਉੱਤੇ ਫੋਕਸ ਕਰਨ ਦੇ ਬੜੇ ਜਾਨਵਰ ਨੂੰ ਲਵੇ, ਤਾਂ ਕਿ ਇੱਕ ਕੱਚੀ ਰੋਟੀ ਔਰ ਇੱਕ ਪੱਕੀ ਹੋਈ ਰੋਟੀ ਦੋਨਾਂ ਜ਼ਮੀਨ ਅਸਮਾਨ ਦਾ ਫਰਕ ਹੈ। ਕੱਚੀ ਰੋਟੀ ਨੂੰ ਤਿਆਰ ਹੋਣ ਲਈ ਸਮਾਂ ਲੱਗਦਾ ਹੈ ਔਰ ਪੱਕੀ ਰੋਟੀ ਨੂੰ ਆਪਾਂ ਜਦੋਂ ਮਰਜ਼ੀ ਕੰਜ਼ਿਊਮ ਕਰ ਸਕਦੇ ਹਾਂ। ਹਾਂਜੀ ਬਿਲਕੁਲ ਜੀ। ਸੋ ਇਹਨਾਂ ਗੱਲਾਂ ਦੇ ਨਾਲ ਜਿਵੇਂ ਮੈਂ ਦੇਖ ਰਿਹਾ ਚਰਨੀ ਜੀ ਵੀ ਆਪਣੇ ਫਾਰਮ ਦੇ ਵਿੱਚ ਘੋੜਿਆਂ ਦੇ ਨਾਲ ਨਾਲ ਕੁਛ ਅੱਛੀ ਨਸਲ ਦੇ ਕਬੂਤਰ ਨੇ, ਕੀ ਤੁਸੀਂ ਇਹਨਾਂ ਬਾਰੇ ਵੀ ਸਾਨੂੰ ਕੋਈ ਜਾਣਕਾਰੀ ਦਿਓਗੇ ਵੀ ਇਹਨਾਂ ਦਾ ਜੋ ਨਵੇਕਲਾ ਸ਼ੌਂਕ ਹੈ ਤੁਹਾਡਾ ਵੀ ਇਹਦੇ ਵਿੱਚ ਤੁਸੀਂ ਕੀ ਕਿਸਮ ਦੀਆਂ ਪੁਲਾਂਘਾਂ ਪੱਟੀਆਂ ਨੇ? ਹਾਂਜੀ ਵੀਰ ਜੀ, ਇਹ ਘੋੜਿਆਂ ਤੋਂ ਪਹਿਲਾਂ ਮੇਰਾ ਕਬੂਤਰਾਂ ਦਾ ਹੀ ਸ਼ੌਂਕ ਸੀ ਜੀ। ਮੇਰੇ ਵੱਡੇ ਭਰਾ ਦੇ ਕਬੂਤਰ ਰੱਖੇ ਹੋਏ ਸੀਗੇ ਜੀ, ਉਹਨਾਂ ਤੋਂ ਬਾਅਦ ਕਬੂਤਰ ਮੇਰੇ ਕੋਲ ਆ ਗਏ ਜੀ, ਅਤੇ ਹੁਣ ਅਸੀਂ ਇਹ ਕਬੂਤਰ ਤਕਰੀਬਨ 20 ਤੋਂ 25 ਸਾਲ ਤੋਂ ਕਰੀਬ ਹੋ ਗਏ ਸਾਡੇ ਕਬੂਤਰ ਰੱਖਿਆ ਨੂੰ। ਯਾਨੀ ਕਿ ਕਬੂਤਰ ਬਾਜੀ ਦਾ ਜੋ ਸ਼ੌਂਕ ਆ ਤੁਹਾਡਾ ਵਿਰਾਸਤੀ ਹੈ, ਤੁਹਾਨੂੰ ਆਪਣੇ ਬੜੇ ਭਰਾ ਤੋਂ ਮਿਲਿਆ? ਹਾਂਜੀ ਬਿਲਕੁਲ ਜੀ ਬਿਲਕੁਲ। ਇਹ ਮੇਰਾ ਵੀਰ ਆ ਜੀ ਜੀ, ਇਹਨੂੰ ਮੌਲੇ ਦੇ ਨਾਂ ਨਾਲ ਜਾਣਦੇ ਨੇ ਪਿੰਡ 'ਚ ਆਪਣੇ ਜੀ, ਮੌਲਾ ਕਹਿੰਦੇ ਨੇ ਜੀ। ਵੈਸੇ ਤਾਂ ਨਾਮ ਇਹਦਾ ਗੁਰਮੀਤ ਹੈ ਜੀ, ਅਤੇ ਇਹਨਾਂ ਦੇ ਘਰੋਂ ਕਬੂਤਰ ਆਪਾਂ ਤਿਆਰ ਕਰੇ ਜੀ, ਕੁਛ ਆਪਣੇ ਘਰੇ ਤਿਆਰ ਕਰੇ ਜੀ, ਇਕੱਠੇ ਕਬੂਤਰ ਉਡਾਉਂਦੇ ਹਾਂ। ਯਾਨੀ ਕਿ ਤੁਸੀਂ ਬਰੀਡਿੰਗ ਸਾਂਝੇ ਤੌਰ 'ਤੇ ਕੀਤੀ ਔਰ ਗੁਰਮੀਤ ਵੀਰ ਜੀ ਨਾਲ ਮਿਲ ਕੇ ਤੁਸੀਂ ਆਪਣਾ ਕਬੂਤਰਾਂ ਦਾ ਸ਼ੌਂਕ ਹੈ ਜੋ ਪੂਰਾ ਕਰ ਰਹੇ ਹੋ? ਹਾਂਜੀ ਹਾਂਜੀ। ਔਰ ਇਹਦੇ ਵਿੱਚ ਮੇਰੇ ਖਿਆਲ 'ਚ ਬਾਜ਼ੀਆਂ ਵੀ ਹੁੰਦੀਆਂ ਨੇ ਅਤੇ ਤੁਸੀਂ ਪ੍ਰਤੀਯੋਗਤਾਵਾਂ ਵਿੱਚ ਵੀ ਜਾਂਦੇ ਹੋ? ਕਾਫੀ ਬਾਜ਼ੀਆਂ ਆਪਣੇ ਕਬੂਤਰ ਜਿੱਤ ਚੁੱਕੇ ਨੇ ਜੀ ਜੀ, ਚੰਗੇ ਕਬੂਤਰ ਉੱਡੇ ਨੇ ਆਪਣੇ। ਵਾਹ ਜੀ, ਬਹੁਤ ਅੱਛੀ ਗੱਲ ਹੈ। ਇਹਨਾਂ ਨੇ ਕਬੂਤਰ ਤਿਆਰ ਕਰੇ ਨੇ, ਛੋਟਾ ਭਰਾ ਹੈ ਆਪਣਾ ਸ਼ਰਨੀ ਜੀ ਅਤੇ ਮੌਲਾ ਜੀ, ਇਹਨਾਂ ਨੇ ਆਪਣੇ ਕਬੂਤਰ ਵੀਰ ਤਿਆਰ ਕਰੇ ਨੇ। ਸੋ ਜਾਣੀ ਕਿ ਚਰਨੀ ਜੀ, ਓਵਰਆਲ ਜੇ ਆਪਾਂ ਦੇਖੀਏ ਵੀ ਤੁਹਾਨੂੰ ਮੁੱਢ ਤੋਂ ਕਬੂਤਰਾਂ ਅਤੇ ਘੋੜਿਆਂ ਦਾ ਬਹੁਤ ਜ਼ਿਆਦਾ ਸ਼ੌਂਕ ਰਿਹਾ। ਹਾਂਜੀ। ਘੋੜਿਆਂ ਦੇ ਫੀਲਡ ਦੇ ਵਿੱਚ ਵੀ ਤੁਸੀਂ ਪ੍ਰਤੀਯੋਗਤਾਵਾਂ ਜੋ ਜ਼ਿਲ੍ਹਾ ਪੱਧਰੀ ਹੋਈਆਂ ਜਾਂ ਜੋ ਸਟੇਟ ਪੱਧਰੀ ਹੋਈਆਂ ਉਹਨਾਂ ਦੇ ਵਿੱਚ ਅੱਛਾ ਨਾਮਣਾ ਖੱਟਿਆ। ਹਾਂਜੀ। ਔਰ ਇਸ ਦੇ ਇਲਾਵਾ ਹੀ ਤੁਸੀਂ ਆਪਣੇ ਕਬੂਤਰਾਂ ਦੇ ਸ਼ੌਂਕ ਦੇ ਵਿੱਚ ਵੀ ਬਹੁਤ ਅੱਛੇ ਪ੍ਰਤੀਯੋਗਤਾਵਾਂ ਜਿੱਤ ਕੇ ਹਾਂਜੀ ਪੂਰੇ ਸਲਾਣੇ ਪਿੰਡ ਦਾ, ਪੂਰੇ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦਾ ਨਾਮ ਰੋਸ਼ਨ ਕੀਤਾ। ਹਾਂਜੀ। ਹੁਣ ਵੀਰ ਜੀ, ਅੰਤ ਦੇ ਵਿੱਚ ਆਪਾਂ ਚਾਹਾਂਗੇ ਕਿ ਤੁਸੀਂ ਆਪਣੇ ਜਾਨਵਰ ਬਾਰੇ ਕੋਈ ਇੰਟਰੋਡਕਸ਼ਨ ਦਿਓ, ਜੋ ਕਿ ਆਪਾਂ ਦੇਖ ਰਹੇ ਹਾਂ ਘੋੜੀ ਹੈ ਆਪਣੇ ਕੋਲ, ਇੱਕ ਨੁਕਰੀ। ਇਹ ਵੀਰੇ ਘੋੜੀ ਹੈ ਜੀ ਆਪਣੀ ਜੀ, ਇਹ ਅਲੀ ਦੀ ਬੱਚੀ ਸੀਗੀ। ਵਾਹ ਜੀ ਵਾਹ, ਬਹੁਤ ਅੱਛੀ, ਬਹੁਤ ਚੰਗੀ ਬੱਚੀ ਸੀ ਜੀ। ਆਪਣੇ ਘਰਾਂ ਕੇ ਬੱਚੀ ਗੁਜ਼ਰ ਗਈ। ਓਹੋ। ਬਹੁਤ ਚੰਗੀ ਬੱਚੀ ਸੀ ਤੇ ਹੁਣ ਇਹ ਘੋੜੀ ਕ੍ਰੋਸ ਕਰਵਾਈ ਵੀ ਆ ਜੀ, ਆਪਣੀ ਮੇਟ ਕਰਵਾਈ ਵੀ ਆ ਜੀ, ਭਾਗਸਰ ਵਾਲੇ ਰਾਜਵੀਰ ਵਾਲੇ ਘੋੜੇ ਤੋਂ ਜੀ। ਯਾਨੀ ਕਿ ਹੁਣ ਤੁਸੀਂ ਇਸ ਘੋੜੀ ਤੋਂ ਬਰੀਡਿੰਗ ਹੈ ਜੋ ਭਾਗਸਰ ਵਾਲੇ ਰਾਜਵੀਰ ਘੋੜੇ ਤੋਂ ਕਰਵਾ ਕੇ ਇੱਕ ਅੱਛੀ ਨਸਲ ਤਿਆਰ ਕਰਨਾ ਚਾਹੁੰਦੇ ਹੋ? ਹਾਂਜੀ ਹਾਂਜੀ। ਜੋ ਤੁਹਾਡੇ ਘਰ ਦੀ ਉਪਜ ਹੋਊਗੀ? ਹਾਂਜੀ ਹਾਂਜੀ ਬਿਲਕੁਲ ਜੀ। ਦੇਖੋ ਘੋੜੀ, ਆਪਾਂ ਘੋੜੇ ਤਾਂ ਜੀ ਘਰ ਘਰ ਖੜੇ ਹਾਂ ਜੀ, ਜੇ ਆਪਾਂ ਅੱਛੀ ਲਾਈਨ ਤਿਆਰ ਕਰਨੀ ਆ, ਅੱਛੇ ਬੱਚੇ ਤਿਆਰ ਕਰਨੇ ਆ, ਤਾਂ ਬਲੱਡ ਲਾਈਨ ਦੇ ਮਗਰ ਮਤਲਬ ਜ਼ਿਆਦਾ ਨਾ ਚੱਲੋ ਆਪਾਂ। ਪਹਿਲਾਂ ਤਾਂ ਮੈਂ ਜਿੱਦਾਂ ਪਹਿਲਾਂ ਕਿਹਾ ਸੀ, ਚੰਗੀ ਘੋੜੀ ਲਓ, ਚੰਗੀ ਘੋੜੀ। ਹਾਂਜੀ, ਜੋ ਬੱਚਾ ਅੱਛਾ ਤਿਆਰ ਕਰਨੀ ਆ ਜੀ। ਜ਼ਿਆਦਾਤਰ ਜੇ ਆਪਾਂ ਕਹੀਏ ਨਾ ਵੀ ਘੋੜਾ ਚਲਾਉਣਾ ਜੀ, ਘੋੜਾ ਲਾਈਨਾਂ 'ਤੇ ਵੀ ਨਹੀਂ ਚੱਲਦਾ ਹੁੰਦਾ ਕੁਛ ਜੀ ਜੀ, ਘੋੜੇ ਨੇ ਆਪਣੀ ਲਾਈਨ ਚਲਾਉਣੀ ਹੁੰਦੀ ਹੈ ਜੀ, ਉਸ ਤੋਂ ਲਾਈਨ ਚੱਲਦੀ ਹੁੰਦੀ ਹੈ। ਨਹੀਂ ਆਪਾਂ ਨੂੰ ਕੁਛ ਜੀ, ਆਪਾਂ ਮੰਨ ਕੇ ਪਿੱਛੇ 'ਤੇ ਚੱਲੀਏ, ਆਪਾਂ ਸੋਚੀਏ ਬਈ ਫਲਾਣਾ ਘੋੜਾ ਚੱਲ ਰਿਹਾ ਜੀ, ਉਸ ਤਾਂ ਬਾਪ ਕਿਹੜਾ ਸੀ, ਹੁਣ ਆਪਾਂ ਨੂੰ ਪੂਰਾ ਪਿੱਛੇ ਤੱਕ ਨਹੀਂ ਨੌਲੇਜ ਹੈਗੀ ਆਪਾਂ ਦੱਸੀਏ।
ਜਾਣੀ ਕਿ ਮੰਨ ਕੇ ਚੱਲੀਏ ਵੀ ਆਪਣੀ ਘੋੜੀ ਨੂੰ ਆਪਾਂ ਚੰਗੇ ਘੋੜੇ ਤੋਂ ਮੇਟ ਕਰਾਉਂਦੇ ਹਾਂ ਤਾਂ ਅੱਛੇ ਬੱਚੇ ਲੈ ਸਕਦੇ ਹਾਂ। ਅੱਛਾ ਬੱਚਾ ਤਿਆਰ ਹੋ, ਹਾਂਜੀ ਅੱਛਾ ਬੱਚਾ ਤਿਆਰ ਕਰ ਸਕਦੇ। ਸੋ ਚਰਨੀ ਜੀ, ਕੀ ਤੁਸੀਂ ਆਪਣੀ ਘੋੜੀ ਦਰਸ਼ਕਾਂ ਨੂੰ ਕੱਢ ਕੇ ਦਿਖਾਓਗੇ? ਹਾਂਜੀ ਵੀਰ ਜੀ, ਜ਼ਰੂਰ ਜੀ। ਵਾਹ ਜੀ ਵਾਹ ਚਰਨੀ ਵੀਰੇ, ਬਹੁਤ ਸੋਹਣੀ ਤੁਹਾਡੀ ਘੋੜੀ ਔਰ ਬਹੁਤ ਹੀ ਸ਼ੀਤਲ ਸੁਭਾਅ ਘੋੜੀ ਦਾ, ਬਹੁਤ ਸੁੰਦਰ ਨੁਕਰੀ ਘੋੜੀ ਆ। ਇਹਦੇ ਬਾਰੇ ਕੁਛ ਜਾਣਕਾਰੀ ਦਿਓਗੇ ਵੀ ਇਹਦਾ ਨਾਮ ਕੀ ਆ? ਹਾਂਜੀ ਵੀਰ ਜੀ, ਇਹ ਜਦੋਂ ਘੋੜੀ ਲੈ ਕੇ ਆਇਆ ਨਾ ਆਪਾਂ, ਆਪਣੇ ਬੱਚਿਆਂ ਨੇ ਇਹਦਾ ਨਾਮ ਰੱਖਿਆ, ਇਹਨੂੰ ਪਿਆਰ ਨਾਲ ਮੇਮ ਕਹਿੰਦੇ ਨੇ। ਵਾਹ ਜੀ ਵਾਹ। ਸੋ ਕਹਿਣ ਦਾ ਭਾਵ ਆ ਵੀ ਛੋਟੇ ਬੱਚਿਆਂ ਨੇ ਬੜੇ ਪਿਆਰ ਨਾਲ ਇਸ ਘੋੜੀ ਦਾ ਨਾਮ ਮੇਮ ਰੱਖਿਆ, ਔਰ ਵਾਕਈ ਇਹਨਾਂ ਨੇ ਮੇਮਾ ਵਾਂਗੂ ਘੋੜੀ ਸੰਭਾਲ ਕੇ ਵੀ ਰੱਖੀ ਹੋਈ ਆ। ਬਹੁਤ ਬਹੁਤ ਸ਼ੁਕਰੀਆ ਚਾਨੀ ਵੀਰ ਜੀ, ਸਾਡੇ ਚੈਨਲ ਨੂੰ ਸਮਾਂ ਦੇਣ ਲਈ ਔਰ ਸਾਡੇ ਦਰਸ਼ਕਾਂ ਨੂੰ ਘੋੜਿਆਂ ਬਾਰੇ ਜਾਣਕਾਰੀ ਦੇਣ ਲਈ। ਸਾਡੇ ਵੱਲੋਂ ਤੁਹਾਨੂੰ ਇਹੀ ਦੁਆਵਾਂ ਨੇ, ਵਿਸ਼ਿਸ਼ ਨੇ ਕਿ ਦਿਨ ਦੁੱਗਣੀ ਰਾਤ ਚੌਗਣੀ ਤੁਸੀਂ ਘੋੜਿਆਂ ਦੇ ਸ਼ੌਂਕ ਦੇ ਵਿੱਚ ਤਰੱਕੀ ਕਰੋ ਅਤੇ ਇਸ ਘੋੜਿਆਂ ਦੇ ਸ਼ੌਂਕ ਨੂੰ ਤੁਸੀਂ ਘੋੜਿਆਂ ਦੇ ਸ਼ੌਂਕ ਦੇ ਨਾਲ ਨਾਲ ਸਾਡੇ ਚਰਨੀ ਵੀਰ ਦੇ ਕੁਛ ਅਵੱਲੇ ਸ਼ੌਂਕ ਨੇ ਕਬੂਤਰਬਾਜ਼ੀ ਦੇ। ਆਓ ਤੁਹਾਨੂੰ ਉਹਦੇ ਬਾਰੇ ਵੀ ਛੋਟੀ ਜਿਹੀ ਇੱਕ ਝਲਕ ਜਾਂਦੇ ਜਾਂਦੇ ਦਰਸ਼ਕਾਂ ਨੇ ਰੂਬਰੂ ਕਰਾ ਜਾਂਦੇ ਹਾਂ। ਇਹ ਵੀਰ ਜੀ ਕਿਹੜੀ ਨਸਲ ਦੇ ਜਾਨਵਰ ਨੇ ਜੀ? ਇਹ ਵੀਰ ਜੀ ਲੱਕੇ ਨੇ ਜੀ। ਜੀ ਇਹ ਆਪਣੇ ਕਈ ਤਰ੍ਹਾਂ ਦੇ ਲੱਕੇ ਪਾਈ ਜਾਂਦੇ ਨੇ ਜੀ। ਜੀ ਤੁਸੀਂ ਹੁਣ ਜਿੱਦਾਂ ਦੇਖੇਗੇ ਕਬੂਤਰ ਇੱਕ ਲੱਕੇ ਹੁੰਦੇ ਨੇ, ਉਹਨਾਂ ਦੇ ਆਮ ਫੰਘ ਹੁੰਦੇ ਨੇ ਜਿਹਨਾਂ ਨੂੰ ਆਪਾਂ ਮੌਜੇ ਕਹਿ ਦਿੰਦੇ ਹਾਂ ਜੀ, ਉਹਨਾਂ ਦੇ ਇਕੱਲੇ ਛੋਟੇ ਵਾਲ ਹੁੰਦੇ ਆ ਜੀ। ਇਹਨਾਂ ਦੇ ਵਾਲ ਦੇਖੋ ਕਾਫੀ ਵੱਡੇ, ਇਹਨਾਂ ਦੇ ਫਰਾਂ ਦੇ ਵਿੱਚ ਜਿੱਡੇ ਜਿੱਡੇ ਵਾਲ ਨੇ, ਓਡੇ ਓਡੇ ਇਹਨਾਂ ਦੇ ਪੈਰ ਤੇ ਨੇ। ਜੀ ਜੀ ਇਹ ਬਹੁਤ ਘੱਟ ਬਰੀਡ ਆਪਣੇ ਪੰਜਾਬ 'ਚ, ਯਾਨੀ ਕਿ ਜ਼ਰੂਰ ਨੇ ਪਰ ਕੁਛ ਬਹੁਤ ਅਵੱਲੀ ਨਸਲ ਦੀ ਜਿਵੇਂ ਕਹਿ ਸਕਦੇ ਹਾਂ ਰਵੇ ਦੀ ਤਸੀਰ ਵੀਰ ਜੀ ਨੇ ਰੱਖੀ ਹੈ ਘਰ 'ਚ, ਜਿਹਨੂੰ ਆਪਾਂ ਅਮੈਰੀਕਨ ਫਿਲਟੇਲ ਵੀ ਕਹਿ ਸਕਦੇ ਹਾਂ, ਅਤੇ ਬਹੁਤ ਸੋਹਣੇ ਕਬੂਤਰ ਨੇ ਵੀਰ ਜੀ ਤੁਹਾਡੇ। ਅਤੇ ਇਸ ਕਬੂਤਰ ਦੇ ਵਿੱਚ ਇਹਨਾਂ ਦੇ ਹਮ ਸ਼ੌਂਕੀ ਇਹਨਾਂ ਦੇ ਭਰਾ ਸਰਦਾਰ ਗੁਰਮੀਤ ਸਿੰਘ ਜੀ ਆਪਾਂ ਨੂੰ ਕੁਝ ਜਾਣਕਾਰੀ ਦੇਣਗੇ ਕਬੂਤਰਾਂ ਬਾਰੇ। ਅਤੇ ਗੁਰਮੀਤ ਵੀਰ ਜੀ, ਇਹ ਜਿਹੜੇ ਆਪਾਂ ਕਬੂਤਰਬਾਜ਼ੀ ਦਾ ਜੋ ਸ਼ੌਂਕ ਆ ਆਪਣਾ, ਇਹਦੇ ਵਿੱਚ ਮਤਲਬ ਕਿਹੜੀ ਕਿਹੜੀ ਚੀਜ਼ਾਂ ਦਾ ਬਹੁਤ ਧਿਆਨ ਰੱਖਣਾ ਪੈਂਦਾ? ਜੀ ਦੇਖੋ, ਪਹਿਲਾਂ ਤਾਂ ਆਪਣਾ ਇਹਦੇ ਵਿੱਚ ਸ਼ੌਂਕ ਆ ਆਪਣਾ ਘਰਦਿਆਂ ਦਾ ਮਹੱਤਵ ਹੋਣਾ ਚਾਹੀਦਾ ਪੂਰਾ ਜੀ। ਇਹ ਨਾ ਵੀਰੇ ਇੱਕ ਤਾਂ ਇਹਦੇ ਵਿੱਚ ਮੇਨ ਤਾਂ ਜਦੋਂ ਗਰਮੀਆਂ 'ਚ ਡਾਉਣੇ ਨੇ, ਕਈ ਤਰ੍ਹਾਂ ਦੇ ਪਾਣੀ ਤਿਆਰ ਕੀਤੇ ਜਾਂਦੇ ਨੇ ਜੀ, ਉਹ ਇਹ ਵੀਰੇ ਤਿਆਰ ਕਰਦਾ, ਗੱਗਾ ਹੀ ਆਪਣੇ ਮੌਲਾ ਕਹਿੰਦੇ ਨੇ ਆਪਣੇ ਵੀਰ ਨੂੰ, ਅਤੇ ਮੌਲਾ ਹੀ ਤਿਆਰ ਕਰਦਾ। ਯਾਨੀ ਕਿ ਜੋ ਵੀ ਕਬੂਤਰ ਮਤਲਬ ਤਿਆਰ ਕਰਨੇ ਇਹਨਾਂ ਨੇ ਹੀ ਕਰਨੇ ਆ, ਸਪੈਸ਼ਲ ਡਾਈਟ ਦੇ ਯਾਨੀ ਕਿ ਆਪਾਂ ਨੂੰ ਪਾਣੀ ਤਿਆਰ ਕਰਨਾ ਪੈਂਦਾ। ਹਾਂਜੀ ਹਾਂਜੀ, ਤਾਂ ਕਿ ਇਹ ਜਾਨਵਰ ਆ ਜਿਹੜਾ ਇਹ ਬਹੁਤ ਤਰੀਕੇ ਨਾਲ ਸੰਭਾਲਿਆ ਜਾ ਸਕੇ। ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ। ਅਤੇ ਬਹੁਤ ਸੋਹਣਾ ਤੁਹਾਡਾ ਸ਼ੌਂਕ ਆ, ਪਰਮਾਤਮਾ ਤੁਹਾਨੂੰ ਇਸ ਸ਼ੌਂਕ ਦੇ ਵਿੱਚ ਵੀ ਤਰੱਕੀ ਦੇਵੇ। ਚਰਨੀ ਵੀਰੇ, ਜਿਵੇਂ ਕਿ ਅਸੀਂ ਦੇਖਿਆ ਵੀ ਕੁਛ ਫੈਮਿਲੀ ਪ੍ਰੋਬਲਮ ਸੀ ਵਜ੍ਹਾ ਕਰਕੇ, ਕੁਛ ਘਰ ਦੀ ਜ਼ਿੰਮੇਵਾਰੀ ਹੈ ਅਤੇ ਘਰ 'ਚ ਤੁਸੀਂ ਬੜੇ ਹੋ, ਜ਼ਿੰਮੇਵਾਰ ਹੋ, ਖੇਤੀ ਦਾ ਬੋਝ ਵੀ ਤੁਹਾਡੇ 'ਤੇ ਆ, ਮਾਂ ਬਾਪ ਦਾ, ਬੱਚਿਆਂ ਦਾ ਔਰ ਸਾਰੇ ਘਰ ਦੀ ਜ਼ਿੰਮੇਵਾਰੀ ਵੀ ਤੁਹਾਡੇ 'ਤੇ ਕਬੀਲਦਾਰੀ ਭਾਰੀ ਆ, ਤੁਸੀਂ ਵਿੱਚ ਕੇ ਜਿਹਨੂੰ ਘੋੜਿਆਂ ਦਾ ਸ਼ੌਂਕ ਛੱਡ ਗਏ ਸੀਗੇ ਔਰ ਕੁਛ ਤੁਸੀਂ ਵੈਸੇ ਹੀ ਟੈਨਸ਼ਨ 'ਚ ਸੀਗੇ ਅਤੇ ਕੁਛ ਤੁਸੀਂ ਘੋੜਿਆਂ ਦੇ ਸ਼ੌਂਕ ਨੂੰ ਉਸ ਟਾਈਮ ਘੱਟ ਕਰਤਾ ਸੀ ਅਤੇ ਪਸ਼ੂ ਦੇ ਤੇ ਸੀ, ਅਤੇ ਦੁਬਾਰਾ ਤੁਸੀਂ ਇਸ ਸ਼ੌਂਕ ਨੂੰ ਮੁੜ ਸੁਰਜੀਤ ਕਿਵੇਂ ਕੀਤਾ, ਉਹਦੇ ਬਾਰੇ ਜਾਣਕਾਰੀ ਦਿਓ ਵੀਰੇ। ਚਲੋ ਸਭ ਦੇ ਹੀ ਪ੍ਰੋਬਲਮ ਹੁੰਦੀ ਆ ਫੈਮਿਲੀ ਦੇ ਵਿੱਚ, ਆਪਣੇ ਵੀ ਸੀ, ਮੇਰੀ ਵਾਈਫ ਥੋੜ੍ਹੀ ਬਿਮਾਰ ਹੋ ਗਏ ਸੀਗੇ ਜਿਸ ਕਰਕੇ ਮੈਨੂੰ ਕੰਮ ਰੋਕਣਾ ਪੈ ਗਿਆ ਸੀ, ਅਤੇ ਕਾਫੀ ਸੀਰੀਅਸ ਹੋ ਗਏ ਸੀ, PGI 2.5 ਮਹੀਨੇ ਸਾਨੂੰ ਲੱਗ ਗਏ ਸੀ, ਮੈਂ ਪਿੱਛੋਂ ਕੰਮ ਰੋਕਤਾ ਸੀ ਘੋੜਿਆਂ ਦਾ ਜੀ। ਆਪਣੇ ਵੀਰ ਨੇ ਫਰੀਦਕੋਟ ਤੋਂ ਮਚੈਕੀ ਪਿੰਡ ਤੋਂ ਜੀ, ਅਰਸ਼ਦੀਪ ਸਿੰਘ ਸੇਖੋਂ ਜੀ, ਅਤੇ ਜਿਨ੍ਹਾਂ ਦੀ ਬਦੌਲਤ ਆਪਾਂ ਦੁਬਾਰਾ ਕੰਮ ਹੁਣ ਸਟਾਰਟ ਕਰਿਆ, ਅਤੇ ਫਸਟ ਘੋੜੀ ਆਪਾਂ ਦੁਬਾਰਾ ਤੋਂ ਲਈ ਆ ਜੀ, ਅਤੇ ਪਿੱਛੇ ਇਹਦੇ ਬੱਚੀ ਸੀ 8 ਮਹੀਨਿਆਂ ਦੀ, ਤੁਹਾਨੂੰ ਦੱਸਿਆ ਸੀ ਜਿੱਦਾਂ ਵੀ ਨੁਕਰੇ ਵਛੇਰੀ ਜੀ, ਬਿਲਕੁਲ ਅਲੀ ਘੋੜੇ ਦੀ ਬੱਚੀ ਜੀ, ਅਤੇ ਉਹ ਵੀਰ ਉਹਨਾਂ ਦੇ ਨਾਲ ਰਲ ਕੇ ਹੁਣ ਆਪਾਂ ਦੁਬਾਰਾ ਬਹੁਤ ਜਲਦੀ ਦੁਬਾਰਾ ਫਾਰਮ ਤਿਆਰ ਕਰ ਰਹੇ ਹਾਂ ਜੀ ਜੀ। ਹਾਂਜੀ, ਤੁਹਾਨੂੰ ਬਹੁਤ ਥੋੜ੍ਹੇ ਸਮੇਂ ਦੇ ਵਿੱਚ ਮਿਲੂਗਾ ਦੇਖਣ ਨੂੰ ਜੀ। ਆਪਾਂ ਰੋਡ ਦੇ ਉੱਤੇ ਆਪਣੀ ਮੋਟਰਾਂ 'ਤੇ, ਮੋਟਰ 'ਤੇ ਹੀ ਫਾਰਮ ਪਾ ਰਹੇ ਹਾਂ ਬਾਹਰ। ਸੋ ਸਾਡੀਆਂ ਬਹੁਤ ਸ਼ੁਭ ਇੱਛਾਵਾਂ ਨੇ ਵੀਰ ਜੀ ਨੂੰ,
ਅਤੇ ਇਹਨਾਂ ਦਾ ਫਾਰਮ ਬਹੁਤ ਅੱਛੇ ਅਤੇ ਵਧੀਆ ਤਰੀਕੇ ਨਾਲ ਸੁਚੱਜੇ ਢੰਗ ਨਾਲ ਦੁਬਾਰਾ ਤੋਂ ਤਿਆਰ ਹੋਵੇ ਅਤੇ ਵੀਰ ਜੀ ਦਾ ਸ਼ੌਂਕ ਦੁਬਾਰਾ ਮੁੜ ਸੁਰਜੀਤ ਕਰਨ ਦਾ ਕ੍ਰੈਡਿਟ ਵੀਰ ਜੀ ਆਪਣੇ ਬਹੁਤ ਹੀ ਨਿੱਘੇ ਅਤੇ ਬਹੁਤ ਹੀ ਪ੍ਰੇਮੀ ਭਰਾ ਸਰਦਾਰ ਅਰਸ਼ਦੀਪ ਸਿੰਘ ਸੇਖੋਂ ਜੀ ਫਰੀਦਕੋਟ ਵਾਲਿਆਂ ਨੂੰ ਦੇ ਰਹੇ ਨੇ, ਜਿਨ੍ਹਾਂ ਨੇ ਇਹਨਾਂ ਦਾ ਪੂਰਾ ਸਹਿਯੋਗ ਦਿੱਤਾ ਔਰ ਇਹਨਾਂ ਨੂੰ ਦੁਬਾਰਾ ਘੋੜਿਆਂ ਦੇ ਸ਼ੌਂਕ ਦੇ ਵਿੱਚ ਵਾਪਸੀ ਕਰਾ। ਜਾਕਰ ਦੇਖਦੇ ਹੋਏ ਅਸੀਂ ਤੁਹਾਡੇ ਤੋਂ ਹੁਣ ਇਜਾਜ਼ਤ ਲੈਂਦੇ ਹਾਂ। ਬਹੁਤ ਹੀ ਅੱਛਾ ਲੱਗਿਆ ਤੁਹਾਡੇ ਫਾਰਮ 'ਤੇ ਵਿਜ਼ਿਟ ਕਰਕੇ, ਰੂਹ ਖੁਸ਼ ਹੋ ਗਈ ਔਰ ਤੁਹਾਡੇ ਤੋਂ ਘੋੜਿਆਂ ਬਾਰੇ ਜਾਣਕਾਰੀ ਲੈ ਕੇ ਯਾਰ ਆਪਣੇ ਦਰਸ਼ਕਾਂ ਦੇ ਰੂਬਰੂ ਕਰਾ ਕੇ ਵੀ ਮਨ ਨੂੰ ਬਹੁਤ ਸ਼ਾਂਤੀ ਮਿਲੀ। ਅਤੇ ਵੀਰ ਜੀ ਤੁਸੀਂ ਆਪਣਾ ਨੰਬਰ ਵੀ ਦਰਸ਼ਕਾਂ ਦੇ ਨਾਲ ਸਾਡੇ ਨਾਲ ਸ਼ੇਅਰ ਕਰੋ ਤਾਂ ਕਿ ਕੋਈ ਵੀ ਮੇਰਾ ਵੀਰ ਭਰਾ ਤੁਹਾਡੇ ਫਾਰਮ 'ਤੇ ਤੁਹਾਡੇ ਘਰ ਵਿਜ਼ਿਟ ਕਰਨਾ ਚਾਹੁੰਦਾ ਹੈ, ਤੁਹਾਡੇ ਤੋਂ ਘੋੜਿਆਂ ਬਾਰੇ ਕੋਈ ਜਾਣਕਾਰੀ ਲੈਣੀ ਚਾਹੁੰਦਾ ਆ, ਤਾਂ ਤੁਸੀਂ ਉਹਨਾਂ ਨੂੰ ਉਸ ਨੰਬਰ ਦੇ ਉੱਤੇ ਅਵੇਲੇਬਲ ਹੋ ਜਾਓ। ਹਾਂਜੀ ਬਿਲਕੁਲ ਜੀ, ਮੇਰਾ ਨੰਬਰ ਆ ਜੀ, ਫੋਨ ਨੰਬਰ ਆ ਜੀ ਮੇਰਾ 84378599 84378599 ਕੰਟੈਕਟ ਨੰਬਰ ਆ ਜੀ ਆਪਣਾ 84378599 ਵੀਰ ਜੀ ਦਾ ਨੰਬਰ ਆ। ਸਾਰੇ ਮੇਰੇ ਵੀਰ ਭਰਾ ਨੋਟ ਕਰਨ ਔਰ ਇਸ ਦੇ ਨਾਲ ਹੀ ਅਸੀਂ ਆਪਣਾ ਸਲਾਣੇ ਪਿੰਡ ਦਾ ਜੋ ਟੂਰ ਅੱਜ ਦਾ ਸੀਗਾ ਉਹਦੀ ਸਮਾਪਤੀ ਚਾਹੁੰਦੇ ਹਾਂ ਔਰ ਆਪ ਜੋ ਸਾਰੇ ਦਰਸ਼ਕਾਂ ਤੋਂ ਅਸੀਂ ਆਗਿਆ ਚਾਹੁੰਦੇ ਹਾਂ ਔਰ ਜਾਂਦੇ ਹੋਏ ਆਪ ਜੀ ਨੂੰ ਸਭ ਨੂੰ ਇੱਕ ਛੋਟੀ ਜਿਹੀ ਬੇਨਤੀ ਕਰਨੀ ਚਾਹੁੰਦੇ ਹਾਂ ਕਿ ਸਾਡੇ ਇੱਕ ਛੋਟੇ ਜਿਹੇ ਉਪਰਾਲੇ ਨੂੰ ਜੋ ਸਾਡੀ ਟੀਮ ਵਲੋਦਾ ਹਾਰਸਿਸ ਆਫ ਇੰਡੀਆ ਦੇ ਬੈਨਰ ਦੇ ਹੇਠ ਕੀਤਾ ਜਾ ਰਿਹਾ ਹੈ ਘੋੜਾ ਪਾਲਕ ਵੀਰਾਂ ਦੀ ਇੰਟਰੋਡਕਸ਼ਨ ਦੇ ਰਿਗਾਰਡਿੰਗ ਅਤੇ ਘੋੜਿਆਂ ਦੀ ਸਾਂਭ ਸੰਭਾਲ ਦੇ ਰਿਗਾਰਡਿੰਗ ਅਤੇ ਘੋੜਿਆਂ ਦੇ ਸ਼ੌਂਕ ਦੇ ਪ੍ਰਮੋਸ਼ਨ ਦੇ ਰਿਗਾਰਡਿੰਗ, ਉਹਨੂੰ ਤੁਸੀਂ ਵੱਧ ਤੋਂ ਵੱਧ ਆਪਣਾ ਹੁੰਗਾਰਾ ਦੇਣਾ, ਸਪੋਰਟ ਦੇਣੀ ਆ ਅਤੇ ਸਾਡੇ ਯੂਟਿਊਬ ਦੇ ਉੱਤੇ ਜੋ ਚੈਨਲ ਆ ਦਾ ਹਾਰਸਿਸ ਆਫ ਇੰਡੀਆ ਦੇ ਨਾਮ ਦੇ ਉੱਤੇ ਫੇਸਬੁੱਕ ਪੇਜ ਆ ਜੋ ਸਾਡਾ ਦਾ ਹਾਰਸਿਸ ਆਫ ਇੰਡੀਆ ਦੇ ਨਾਮ 'ਤੇ ਉਹਨੂੰ ਲਾਈਕ ਕਰਿਓ, ਸਬਸਕ੍ਰਾਈਬ ਕਰਿਓ ਅਤੇ ਬੈਲ ਆਈਕੋਨ ਜ਼ਰੂਰ ਦਬਾਇਓ ਤਾਂ ਕਿ ਸਾਡੀ ਨੈਕਸਟ ਵੀਡੀਓ ਆ ਜੋ ਉਹਦੀ ਨੋਟੀਫਿਕੇਸ਼ਨ ਤੁਹਾਨੂੰ ਪਹਿਲ ਦੇ ਆਧਾਰ ਦੇ ਉੱਤੇ ਪਹੁੰਚੇ। ਅਤੇ ਇਹਨਾਂ ਗੱਲਾਂ ਦੇ ਨਾਲ ਹੀ ਮੈਂ ਸਮਾਪਤੀ ਕਰਦਾ ਹਾਂ। ਤੁਹਾਨੂੰ ਸਭ ਨੂੰ ਮੇਰੇ ਵੱਲੋਂ ਅਤੇ ਟੀਮ ਵੱਲੋਂ ਸ਼ੁਭ ਇਸ਼ਾਵਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਫਤਿਹ।